मैं तो कदे किसी का गुस्सा किया ही नहीं, चाहे कोई धोखा दे जी चाहे पिट ते छुरी मारे, आपा हरेक गल ते लाफ करता। मैनू हरेक बंदा तां ही धोखे दे जांदा, पता भी इन्हें मान ही जाना, क्योंकि मैं तो उस रब नूं भी माफ करता, मैं तो उस रब नूं भी माफ करता। सो वेलकम बैक गाइस, क्या चल, सब तो फुली सारे वधिया होवोंगे। इट्स ओके गॉड, रब नाल कुछ गल्लां कीतीआं सी करन वाले ने, अज ओह सुणदे आ, ठीक आ, कि की माड़ा होया की चंगा होया ओहदी लाइफ च, उस दे उहने हिसाब कीते आ, ठीक आ। ते स्टार्ट करदे हाँ, गाणा आपां सब ने सुणिआ होया आ, बट गाणे दी रिक्वेस्ट इन्नी ज़्यादा आ रही सीगी ते मैं सोचिआ क्यों ना अज कर दईए। ते अपने वल्लों कोशिश करूँगा कि बेस्ट तो बेस्ट बिल्कुल ओरिजिनल रिएक्शन देण दी कोशिश करां, क्योंकि अपने वालों मैं अपने वालों रियल ही रखता हूँ ना। बाकी स्टार्ट करते हैं। और जदों बारी जानती होंगी है ना तो सुते नूं भी पता लग जाता, जदों मौत आनी होंगी है ना पुत कुत्ते नूं भी पता लग जाता। बिल्कुल मेरे नाल कौन जुड़िया ते कातों जुड़िया, मेरे नाल कौन जुड़िया ते कातों जुड़िया, मैं सच्ची दसा मैनू टुटे नूं भी पता लग जाता। आओ ये दुनियादारी ने मैनू अकल सिखाई, जदों तुर गई सी बेबे कदे मुड़ के नहीं आई, मेरी फैमिली दी फैमिली चो बचे तीन चार, जेड़े बचे तीन चार बस यूही मेरे यार। मैं किन्ना कुछ करिया, मैं किन्ना कुछ जरिया, मैं मेरे ते हैरान हां, मैं अजे भी नहीं मरिया। मैं जो भी कुछ सिखदा मैं उही कुछ लिखदा, मैं जो भी कुछ लिखदा है उही कुछ बिकदा। किन्ने दूर मेथों बदल के चाल हो गए, किन्ने एंटी हो गए, किन्ने मेरे नाल हो गए। बेबे बापू नूं गई नूं 10 साल हो गए, तां ही छोटी उम्र च चिट्टे बाल हो गए। मेरे तो 2 साल वड्डा सारा करन वाला धोखा कर। उस रब नू भी माफ करता। हाँ इन्नी गल जरूर है कि करन औजले को हाँ ओहदे मां प्यो रब ने, ਆਪਾਂ ਇਹੀ ਕਹਿੰਦੇ ਹੁੰਦੇ ਰੱਬ ਨੇ ਖੋਲ੍ਹੇ, ਚਲੋ ਪਰ ਰੱਬ ਕਦੇ ਕਿਸੇ ਤੋਂ ਕੋਈ ਖੁਸ਼ੀ ਨਹੀਂ ਖੁਆਉਂਦਾ, ਬਟ ਫਿਰ ਵੀ ਕਰਨ ਔਜਲੇ ਨੂੰ ਸਾਡੇ ਵਰਗੀ ਬਹੁਤ ਵੱਡੀ ਫੈਮਿਲੀ ਦਿੱਤੀ ਬਾਬੇ ਨੇ, ਠੀਕ ਹੈ, ਕਿ ਹਾਂ ਮਾਂ ਬਾਪੇ ਵਾਂਗੂ ਕੋਈ ਨਹੀਂ ਖੜਦਾ ਲਾਈਫ 'ਚ, ਬਟ ਫਿਰ ਵੀ ਕਰਨ ਔਜਲੇ ਨੂੰ ਪਿਆਰ ਕਰਨ ਵਾਲੀ ਦੁਨੀਆ 'ਚ ਅਣਗਿਣਤ ਲੋਕ ਬੈਠੇ ਨੇ ਇਸ ਟਾਈਮ 'ਤੇ। ਇਹ ਗੱਲ ਤਾਂ ਮੰਨਦੇ ਹੋਏ ਤੁਸੀਂ ਸਾਰੇ ਹੈ ਨਾ। ਉਹ ਜਮਾਂ ਟੈਨਸ਼ਨ ਨਾ ਲਿਓ ਮੈਨੂੰ ਧੋਖਾ ਦੇ ਕੇ, ਮੈਂ ਹੋਰ ਬਹੁਤ ਧੋਖੇ ਜਰਿਆ, ਮੇਰੇ ਨਾਲ ਚਾਹੇ ਬੰਦੇ ਖੜੇ ਆ ਪਰ ਚੱਕਰੇ ਆ ਕਿ ਮਾਂ ਪਿਓ ਪਰੇ ਆ। ਮੈਂ ਤਾਂ ਕਦੇ ਕਿਸੇ ਦਾ ਗੁੱਸਾ ਕੀਤਾ ਹੀ ਨਹੀਂ, ਚਾਹੇ ਕੋਈ ਧੋਖਾ ਦੇ ਜੀ ਚਾਹੇ ਪਿੱਠ ਤੇ ਛੁਰੀ ਮਾਰੇ, ਆਪਾਂ ਹਰੇਕ ਗੱਲ ਤੇ ਲਾਫ ਕਰਦਾ। ਮੈਨੂੰ ਹਰੇਕ ਬੰਦਾ ਤਾਂ ਹੀ ਧੋਖੇ ਦੇ ਜਾਂਦਾ, ਪਤਾ ਵੀ ਇਹਨੇ ਮੰਨ ਹੀ ਜਾਣਾ, ਕਿਉਂਕਿ ਮੈਂ ਤਾਂ ਉਸ ਰੱਬ ਨੂੰ ਵੀ ਮਾਫ ਕਰਦਾ, ਮੈਂ ਤਾਂ ਉਸ ਰੱਬ ਨੂੰ ਵੀ ਮਾਫ ਕਰਦਾ। ਆਓ ਇੱਥੇ ਸੁਰ ਵੀ ਬਕਾਊਆ ਤੇ ਸਾਜ ਵੀ ਬਕਾਊਆ, ਭੁੱਲ ਜਾਂਦੇ ਛੇਤੀ ਹੁਣ ਰਾਜ ਵੀ ਬਕਾਊਆ, ਲਹੂ ਵੀ ਬਕਾਊਆ, ਲਿਹਾਜ ਵੀ ਬਕਾਊਆ, ਤਖਤ ਬਕਾਊਆ ਤੇ ਤਾਜ ਵੀ ਬਕਾਊਆ। ਕਾਮਾਂ ਦੀ ਤਾਂ ਛੱਡੋ ਇੱਥੇ ਬਾਜ ਵੀ ਬਕਾਊਆ, ਬਚਣਾ ਜੇ ਮੌਤੋਂ ਯਮਰਾਜ ਵੀ ਬਕਾਊਆ, ਕਿਸ਼ਤੀ ਬਕਾਊਆ, ਜਹਾਜ ਵੀ ਬਕਾਊਆ, ਪਰ ਵੀ ਬਕਾਊ ਪਰਵਾਜ ਵੀ ਬਕਾਊਆ। ਫਰਮਾ ਬਕਾਊ, ਨੋਜ਼ ਪੈਨ ਵੀ ਬਕਾਊ, ਜਿਹਦੇ ਉੱਤੇ ਕਾਲਾ ਤਿਲ ਉਹ ਤਿੰਨ ਵੀ ਬਕਾਊ। ਇੱਥੇ ਵਿਕਦੀਆਂ ਬਾਤਾਂ, ਇੱਥੇ ਵਿਕਦੀਆਂ ਰਾਤਾਂ, ਬੜੇ ਸਸਤੇ ਨੇ ਹੁਣ ਚੰਗੇ ਦਿਨ ਵੀ ਬਕਾਊ। ਇੱਥੇ ਮਹਿੰਗੀਆਂ ਤੋਂ ਨਾਮ ਬੜੀ ਛੇਤੀ ਮਿੱਟ ਦੇ, ਇੱਥੇ ਝੂਠੇ ਮੂਠੇ ਲੋਕ ਸੱਚੀ ਬੜੇ ਪਿੱਟ ਦੇ, ਇੱਥੇ ਹੁੰਦੇ ਨੇ ਡਰਾਮੇ ਨਾਮ ਲੈ ਕੇ ਸਾਰੇ ਪੱਗ ਨੇ ਗਿੱਲੇ ਸਰੀਨ ਹੰਝੂ ਸੱਟ ਦੇ। ਮੇਰਾ ਨੇਚਰ ਹੀ ਇਹ ਕਦੇ ਮੈਂ ਨਾ ਢੋਲਦਾ, ਮੇਰਾ ਬੋਲਦਾ ਤੇ ਜਰਬਾਨੀ ਮੈਂ ਨਾ ਬੋਲਦਾ। क्या बात है यार, क्या बात है। मतलब ना ये गाना ना मेरा जो दिन पहले दिन आया था ना, उसे टाइम तो मेरे फेवरेट दी लिस्ट आ गया सी, क्योंकि गल्ला यार नेक्स्ट लेवल, फैक्ट्स तो भी अग्गे दी चीज है गाना।
ਬਹੁਤ ਸੋਹਣੀ ਗੱਲਾਂ, ਬਹੁਤ ਸੋਹਣੀਆਂ ਗੱਲਾਂ, ਠੀਕ ਆ। ਤਿੰਨ ਤਗੜੇ ਟਰੈਕ ਇੰਡਸਟਰੀ ਦੇ ਉਹਨਾਂ ਨੇ ਦਿੱਤੇ ਆ, ਜਿਨ੍ਹਾਂ ਨੂੰ ਸਾਡੇ ਸੂਝਵਾਨ ਵਿਦਵਾਨ ਬੈਠੇ ਫੇਸਬੁੱਕ ਵਾਲੇ ਇੰਸਟਾਗ੍ਰਾਮ ਵਾਲੇ ਕਹਿੰਦੇ ਨੇ ਕਿ ਇਹ ਪੀੜ੍ਹੀ ਨੂੰ ਖਰਾਬ ਕਰਦੇ ਆ। ਫੈਕਟਸ, ਇਟਸ ਓਕੇ ਗੋਡ, 295, ਠੀਕ ਆ। ਮਤਲਬ ਕਿਆ ਬਾਤ ਹੈ, ਕਿਆ ਬਾਤ ਹੈ ਯਾਰ, ਗਾਣੇ ਤਿੰਨੋਂ ਗਾਣੇ ਨੈਕਸਟ ਲੈਵਲ ਨੇ, ਠੀਕ ਹੈ। ਜਵਾਨ ਅਜੇ ਮੁੰਡੇ ਜਵਾਨ ਨੇ, ਠੀਕ ਆ, ਕਿ ਅਜੇ ਤਪਦਾ ਖੂਨ ਆ ਅਤੇ ਉਹਦੇ ਵਿੱਚ ਵੀ ਇੰਨੇ ਸੋਹਣੇ ਟਰੈਕਸ, ਠੀਕ ਆ। ਅਤੇ ਇੱਕ ਸਿੰਘੇ ਦਾ ਵੀ ਸ਼ਾਇਦ ਹੈਗਾ ਸੀ ਗਾਣਾ, ਪਤਾ ਨਹੀਂ, ਡਾਇਰੀ ਡਾਇਰੀ ਦਾ ਪੋਸਟਰ ਸੀਗਾ ਉਹਦੇ 'ਤੇ, ਉਹ ਵੀ ਬਣ ਗਾਣਾ ਬਹੁਤ ਸੋਹਣਾ ਸੀ। ਅਤੇ ਮਤਲਬ ਬਹੁਤ ਸੋਹਣੇ ਤਰੀਕੇ ਨਾਲ ਜਾ ਰਿਹਾ ਸਾਰਾ ਕੁਛ। ਹਾਂ, ਮੰਨਦੇ ਆ ਕੁਆਂਟਿਟੀ ਘੱਟ ਹੈ, ਕਿਉਂ, ਤੁਸੀਂ ਆਪ ਹੀ ਵਿਊਜ਼ ਚੈੱਕ ਕਰ ਲਓ, ਠੀਕ ਹੈ। ਅਕਲ ਨੂੰ ਹੱਥ ਸਾਨੂੰ ਮਾਰਨਾ ਪੈਣਾ। ਡੋਂਟ ਲੁੱਕ 126 million ਦੇ ਪਿਆ, ਠੀਕ ਹੈ, ਅਤੇ ਇਟਸ ਓਕੇ ਗੋਡ 19 million 'ਤੇ, 20 million ਵੀ ਨਹੀਂ ਹੋਇਆ। ਮਤਲਬ ਖੁਦ ਖੁਦ ਇਹੀ ਗੱਲ ਆ ਨਾ, ਫਿਰ ਸਿੰਗਰ ਉਹ ਗਾਣੇ ਨੂੰ ਗਾਣੇ ਨੂੰ ਇੰਨਾ ਪ੍ਰਮੋਟ ਹੀ ਨਹੀਂ ਕਰੇਗਾ। ਸਿੰਗਰ ਉਹੋ ਜਿਹੇ ਗਾਣੇ ਬਹੁਤ ਘੱਟ ਲੈ ਕੇ ਆਏਗਾ ਕਿ ਜੇ 15 ਗਾਣੇ ਕਰਦੇ ਆ, ਇੱਕ ਸਹੀ ਗਾਣਾ ਕਰ ਦਿੰਦੇ ਆ, ਠੀਕ ਆ। ਕਿਉਂਕਿ ਉਹਨੇ ਵੀ ਰੋਟੀ ਖਾਣੀ, ਉਹਦੀ ਰੋਟੀ ਇਸ ਕੰਮ ਤੋਂ ਚੱਲਦੀ ਆ, ਠੀਕ ਆ। ਅਤੇ ਕਿਸੇ ਨੂੰ ਵੀ ਕਹਿਣ ਤੋਂ ਪਹਿਲਾਂ ਅਸੀਂ ਆਪਣੇ ਅੰਦਰ ਝਾਤੀਆਂ ਮਾਰੀਏ, ਬਾਕੀ ਦੈਟਸ ਆਲ। ਜੱਜ ਨਾ ਕਰਿਆ ਕਰੋ ਕਿਸੇ ਨੂੰ ਵੀ ਕਿ ਉੱਪਰੋਂ ਕੀ ਹੈ, ਅੰਦਰੋਂ ਕੀ ਹੈ ਬੰਦਾ, ਉਹ ਮੈਟਰ ਕਰਦਾ, ਠੀਕ ਆ। ਬਾਕੀ ਦੈਟਸ ਆਲ, ਮੇਰੇ ਤੋਂ ਛੇਤੀ ਨਵੇਂ ਰਿਐਕਸ਼ਨ। ਸਤਿ ਸ਼੍ਰੀ ਅਕਾਲ।